ਚੌਕੀ ਚ ਆਈ ਦੀ ਜ਼ਿੰਮੇਵਾਰੀ ਹੈ ਨੀ ਕੋਈ ਵੀ ਉਸ ਸਾਹਿਬ ਨੂੰ ਦੱਸਣਾ ਪੈਣਾ ਦੋ ਪਰੇ ਫਿਰ ਚੱਕ ਕੇ ਮਾਰੋ ਕਰੇ ਚੋਰੀ ਹੋ ਗਏ ਭਾਜੀ 8-9 ਤਰੀਕ ਦੀ ਹੋ ਜਾਵੇ ਰੋਜ਼ ਇਹਨਾਂ ਕੋਲ ਆਉਂਦੇ ਆ ਰੋਜ਼ 2 ਵਾਰੀ ਧਰਨਾ ਲਾ ਰਹੇ ਆ ਜੀ ਇਹਨਾਂ ਕੋਲ ਹੱਲ ਨਹੀਂ ਕਰਦੇ ਪੁਲਿਸ ਪ੍ਰਸ਼ਾਸਨ ਸਾਥ ਨਹੀਂ ਦਿੰਦੀ ਤੁਹਾਡਾ ਨਹੀਂ ਕਾਰਨ ਕੀ ਹੈ ਹੁਣ ਇਹ ਨਹੀਂ ਕੱਲ ਨੂੰ ਆਪਣੀਆਂ ਨਵੀਆਂ ਖਬਰਾਂ ਲੱਗਦੀਆਂ ਸੀ ਆਹ ਬੰਦਾ ਫੜ ਲਿਆ ਛੱਡ ਦਿੱਤਾ ਆਹ ਬੋਲ ਭਾਈ ਸਾਹਿਬ ਬਾਈ ਨੇਮ ਹੁੰਦਾ ਮੈਨੂੰ ਨਾਂ ਦੱਸ ਬਾਈ ਨੇਮ ਇਦਾਂ ਨਹੀਂ ਹੁੰਦਾ ਜਵਾਨੀ ਕਲਾਮ ਇਹ ਨਹੀਂ ਜੋਤਾ ਫੜ ਕੇ ਉਸੇ ਵੇਲੇ ਇਹ ਵੀਡੀਓ ਪਾਤੀ ਅਸੀਂ ਬੰਦੇ ਫੜ ਲਏ ਆ ਜੋਤਾ ਕਿੰਨੇ ਫੜਿਆ ਇਹਨੀ ਫੜਿਆ ਜੋਤਾ ਇਹ ਜੋਤਾ ਕਰੋ ਆਪਣੇ ਕੀ ਨਾਂ ਦਾ ਬੰਚ ਫੜ ਲਿਆ ਜੀ ਬੰਚ ਫੜ ਕੇ ਨਹੀਂ ਉਸੇ ਵੇਲੇ ਰਿਕਵਰੀ ਪਾਤੀ ਵੀ ਅਸੀਂ ਬੰਦਾ ਫੜ ਲਿਆ ਬੰਦਾ ਫੜ ਕੇ ਵੀ ਗਾਹਾਂ 2 ਬੰਦੇ 3-4 ਵਾਰੀ ਖਬਰ ਲੱਗ ਚੁੱਕੀ ਆ ਸਾਨੂੰ ਤਾਂ ਕੋਈ ਖਬਰ ਮਿਲੀ ਨਹੀਂ ਪਈ ਹਾਂ ਵੀ ਅਸੀਂ ਬਿੰਜੋ ਦੀ ਖਬਰ ਵਿੱਚ ਨਾਲ ਲਾਉਂਦੇ ਆ ਸਾਡੇ ਕਿਸੇ ਦੇ ਵਿੱਚ ਬਿੰਜੋ ਨੂੰ ਨਾਲ ਦੁਆ ਕਰਦੇ ਆ ਉਹਨਾਂ ਦਾ ਕੇਸ ਦਾ ਵੀ ਉਹ ਵੀ ਨਾਲ ਵਿੱਚ ਉਹ ਠੋਕਿਆ ਆਪਣੇ ਵੱਲੋਂ ਬਲਾ ਲਾਉਂਦੇ ਗਲੋਂ ਜੀ ਆਪਣੇ ਵੱਲੋਂ ਤਾਂ ਗਲੋਂ ਬਲਾ ਗਲ ਲਾਉਂਦੇ ਆ ਵੀ ਲਾਤੀ ਅਸੀਂ ਕਿੰਨੇ ਕੁ ਬੰਦੇ ਸੀਗੇ ਜਿਹੜੇ ਚੋਰੀ ਕਰਨ ਆਏ ਪਤਾ ਨਹੀਂ ਜੀ 5-6 ਜਾਣੇ ਸੀਗੇ ਪੁਲਿਸ ਨੇ ਕਿੰਨੇ ਕੁ ਬੰਦੇ ਚੱਕੇ ਆ ਬੰਦੇ 3-4 ਦਾ ਚੱਕ ਲਏ ਜੀ ਪਤਾ ਨਹੀਂ ਹੁਣ ਕਿਹੜੇ ਕਿਹੜੇ ਸੋਨੀ ਕਹਿੰਦੇ ਦੱਸ ਨਹੀਂ ਸਕਦੇ ਸਾਨੂੰ ਅਸੀਂ ਪੁੱਛਦੇ ਕਹਿੰਦੇ ਦੱਸ ਨਹੀਂ ਸਕਦੇ ਅਸੀਂ ਇਹ ਕਹਿੰਦੇ ਬੰਬ ਡਿੱਗੇ ਪਾਕਿਸਤਾਨ ਚੋਂ ਆਏ ਉਹ ਬੰਦੇ ਇੱਥੇ ਲੋਕਲ ਬੰਦੇ ਆ ਜੀ ਲੋਕਲ ਬੰਦੇ ਨਹੀਂ ਦੱਸ ਸਕਦੇ ਕਹਿੰਦੇ ਤੋੜ ਜਾਓਗੇ ਤੋੜਨਾ ਨਹੀਂ ਕਿੱਥੇ ਨੂੰ ਘਰ ਦੇ ਚੱਕ ਲਓ ਘਰ ਦੇ ਚੱਕ ਸਕਦੇ ਹੀ ਆ ਨਾ ਕਿਸੇ ਨੂੰ ਚੱਕਣ ਦਾ ਵਾਸਤਾ ਉੱਧਰ ਘੁੰਮੀ ਜਾਂਦਾ ਉਹਨਾਂ ਦਾ ਮਗਰ ਇੱਦਾਂ ਅਮਲੀ ਲੱਭਦੇ ਆ ਜੀ ਅਮਲੀ ਦੇ ਮੋਟਰਾਂ ਸੁੱਤੇ ਪਏ ਲੋਕਾਂ ਦੇ ਪੁੱਛਿਆ ਕਿੱਥੇ ਸਮਾਨ ਉਹਨੂੰ ਵੇਚਿਆ ਕੀ ਕੀਤਾ ਕੁਛ ਵੀ ਪਤਾ ਲੱਗਾ ਕੁਛ ਕੋਟ ਪਤੂਈ ਵੀ ਧਰਨਾ ਲਾਇਆ ਸੀਗਾ ਹਾਂਜੀ ਹਾਂਜੀ ਉੱਥੇ ਤੁਹਾਨੂੰ ਕੋਈ ਅਸਵਾਸ ਨਹੀਂ 5 ਦਿਨ ਦਾ ਟਾਈਮ ਲਿਆ ਸੀ 7 ਦਿਨ ਹੋ ਗਏ ਜੀ ਤੁਸੀਂ ਪੁੱਛਿਆ ਕੀ ਕੀਤਾ ਉਹਦੇ ਚ ਪੁੱਛਣਾ ਕੀ ਯਾਰ ਫੇ ਪੁੱਛਣਾ ਨਹੀਂ ਧਰਨਾ ਇੱਥੇ ਹੀ ਆ ਜੋ ਜੀ ਮਹੀਨਾ ਸਾਹਮਣੇ ਆ ਜੀ ਤੁਹਾਡੇ ਕੋਲ ਦਾਣਾ ਬੰਦੇ ਕੋਲ ਹੁਣ ਦਾ ਚੋਰੀ ਦੇ ਮਾਰਕਾ ਨਹੀਂ ਜਾਏ ਚੋਰੀ ਹੋਈ ਉਹਦੇ ਸੰਬੰਧੀ ਹੈਗਾ ਵੀ ਬੰਦੇ ਨੀ ਫੜਦੀ ਪੁਲਿਸ ਬਟ ਇਹ ਧਰਨਾ ਜਿਹੜਾ ਰੌਂਗ ਲਾਇਆ ਇਹਨਾਂ ਨੇ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਦੇਖਦੇ ਹਾਂ ਕੀ ਕਾਰਵਾਈ ਕਰਦੇ ਹਾਂ ਕਿੰਨੇ ਬੰਦੇ ਸੀਗੇ ਜੀ ਚੋਰੀ ਵਾਲੇ ਮਕਸਦ ਹੈਗਾ ਵੀ ਇਹ ਸਾਡੇ ਨਾਲ ਗੱਲ ਨਹੀਂ ਕਰਦੇ ਇੱਕ ਵਾਰੀ ਵੀ ਆ ਕੇ ਬਸ ਆਪਣੇ ਵੀ ਸਾਡੀ ਰਿਕਵਰੀ ਕਰਾਈ ਜਾਵੇ ਅਸੀਂ ਇਹਦੇ ਵਿੱਚ ਬੰਦੇ ਜਿਹੜੇ ਟਰੇਸ ਕੀਤੇ ਆ ਉਹ ਟਰੇਸ ਕਰਨ ਤੋਂ ਬਾਅਦ 3-4 ਬੰਦੇ ਜਿਹੜੇ ਉਹ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜਤੇ ਦੋ ਬੰਦੇ ਵਿੱਚ ਗ੍ਰਿਫਤਾਰ ਕਰਨੇ ਅਜੇ ਬਾਕੀ ਆ ਅਤੇ ਉਹਨਾਂ 'ਤੇ ਟਰੈਪ ਲੱਗਾ ਮੈਂ ਕਈ ਵਾਰੀ ਸਮਝਾਇਆ ਵੀ ਇਹਨਾਂ ਨੂੰ ਵੀ ਆ ਕੇ ਗਲਤ ਕਰੋ ਸਾਡੇ ਨਾਲ ਬਟ ਨਹੀਂ ਕੋਈ ਸੁਣਨ ਲਈ ਰਾਜੀ ਨਹੀਂ ਟੋਟਲ ਕਿੰਨੇ ਬੰਦੇ ਸੀਗੇ ਟੋਟਲ 6 ਬੰਦੇ ਸੀ ਵਾਰਦਾਤ ਅਤੇ ਕਿੰਨੇ ਕੁ ਸਰ ਚੱਕ ਹੋ ਗਏ ਉਹ 3 ਜੇਲ੍ਹ 'ਚ ਭੇਜਤੇ ਆ 3 ਰਿੰਗਾਂ ਗ੍ਰਿਫਤਾਰ ਕਰਨਾ ਬਾਕੀ ਕਿਹੜੇ ਕਿਹੜੇ ਚੱਕ ਲਏ ਜਨਾਬ ਇੱਕ ਭਾਰਤ ਵੰਸ਼ ਸ਼ਾਹ ਲੜਕੇ ਦਾ ਨਾਮ ਇੱਕ ਗੁਰਵੀਰ ਆ ਅਤੇ ਇੱਕ ਇਹਦੇ ਵਿੱਚ ਰਵੀ ਆ ਮੁੰਡਾ ਇਹ ਤਿੰਨਾਂ ਦੀ ਗ੍ਰਿਫਤਾਰੀ ਕਰੀ ਠੀਕ ਹੈ